الرحمن الرحيم انما يريد الله ليذهب عنكم الرجس اهل البيت ويطهركم تطهيرا رحيم رحمان بے نیاز بادشاہ اپنی ذات ذوالجلال والی کرام دا صدقہ رسالت پناہ دی رسالت دا صدقہ ولایت پناہ دی ولایت دا صدقہ نگہبان رسالت دی عزت دا صدقہ فاتح شام آقازادی دی طہارت دا صدقہ ولی الاسر مالک دی غیبت کبریٰ دا صدقہ علم والے سخی دی وفا دا صدقہ خالق خاک شفا دا صدقہ حجاب کبریا دا صدقہ علی والے بھی حفاظت فرما میرا رحیم رحمان اللہ خطہ عرض تے جتھے جتھے ازادار ازاداری وچ مصروف ہیں ہر امام بارگاہ دی ہر زیارت پاک دی ہر ماتمی جلوس دی حفاظت جس دل وچ نجف دے بادشاہ دی ولایت ہے جس دل وچ کربلا دے والی دی محبت ہے میرا مالک اس دل دی ہر دعا قبول میرے نہایت واجب المقام لائق احترام سادات عزام دا پرخلوص تمام خرچ خراجات لنگر نیاز اظہار مودت نماز عشق سجدہ ذکر مصلہ ماتم مالکائے کن فیکون آقازادی اپنے علم والے ویر دے پرچم توحید دا صدقہ پاک دربار وچ قبول منظور فرما اے بارگاہ اے نگری اے دھرتی اس دھرتی دے رہن والے سادۃ المومنین میرے قائم دے ظہور تک آباد ہو شاد جیندہ جیندہ دل ہے ساڈے وارث دا ظہور جلدی ہوئے صلوات بلند آواز الحمدللہ وعدہ وفا ہو گیا بابا جی دے حکم دی تعمیل ہو گئی عزت والے عزاداراں دی زیارت ہو گئی پاک فہرست وچ میں حقیر دا نام درج ہو گیا بہت چھوٹا طالب علم ہون دی حیثیت نال تھوڑا سبق سنا کے دعا حاصل کرنا چاہ پہلی اور آخری گزارش جڑا بندہ ممبر دی بارگاہ چ حاضر ہوندا ہے وہ مدینے والے سیداں دی فضیلت بیان نہیں کرتا اپنے اپنے شعور دا تعارف پیش کرتا میرے بزرگو میرے عزیزو میرے نوجوان بھائیو نہایت ہی لائق احترام سادات المومنین جڑیاں ہستیاں حرف تو پہلے موجود ہون او لفظ دے اندر نہیں آ سکدی لفظ دے اندر نہیں آ سکدی میں معذرت چاہنا سارے سادات عزام اگے ضرور آخر تے پڑھا ہاں سفر لمبا ہے معافی چاہنا جی ڈیرا اسماعیل خان جانا ہے میں تو درخواست پیش کی تھی جو میری حاضری پہلے ہو جائے تو ہے اجازت میرے سرداراں دی ایک صلوات پڑھو سخی عباس دی ذات پہ بار اللہ بادشاہ دی زمین تھے صرف علی ان ولی اللہ پڑھن والی قوم ہے جڑی سر تے قرآن رکھ کے آکھ سکدی ہے جنہاں نوں اسی مننے آ انہاں دے وچ عیب کوئی نہیں بہت مہربانی صرف شیعہ قوم ہے جڑی یہ گل کہہ سکدی ہے جنہاں نوں اسی مننے آ وہ سارے دے سارے محمد
ਸਾਰੇ ਦੇ ਸਾਰੇ ਅਲੀ, ਸਾਰੇ ਦੇ ਸਾਰੇ ਹਸਨ, ਸਾਰੇ ਦੇ ਸਾਰੇ ਹੁਸੈਨ, ਸਾਰੇ ਦੇ ਸਾਰੇ ਅਬੂ ਤਾਲਿਬ, ਸਾਰੇ ਦੇ ਸਾਰੇ ਅਬਾਸ। ਸਿਰਫ ਸ਼ੀਆ ਕੌਮ ਹੈ ਜਿਹੜੀ ਆਖ ਸਕਦੀ ਹੈ ਜਿਨ੍ਹਾਂ ਨੂੰ ਅਸੀਂ ਮੰਨੇ ਹਾਂ, ਉਹਨਾਂ ਦਾ ਕਿਰਦਾਰ ਇੱਕ ਹੈ, ਉਹਨਾਂ ਦੀ ਰਫਤਾਰ ਇੱਕ ਹੈ, ਉਹਨਾਂ ਦੀ ਗੁਫਤਾਰ ਇੱਕ ਹੈ, ਉਹਨਾਂ ਦੀ ਦਸਤਾਰ ਇੱਕ ਹੈ, ਹੱਤਾ ਕਿ ਸਭ ਦੀ ਤਲਵਾਰ ਇੱਕ ਹੈ। ਅੱਲਾ ਦੀ ਜ਼ਮੀਨ 'ਤੇ ਸਿਰਫ ਬਾਬਾ ਜੀ ਸ਼ੀਆ ਕੌਮ ਹੈ ਜਿਹੜੀ ਇਹ ਗੱਲ ਕਰ ਸਕਦੀ, ਜਿਨ੍ਹਾਂ ਨੂੰ ਅਸੀਂ ਮੰਨੇ ਹਾਂ ਸਾਰੇ ਦੇ ਸਾਰੇ ਸੈਯਦ, ਸਾਰੇ ਦੇ ਸਾਰੇ ਮਾਸੂਮ, ਸਾਰੇ ਦੇ ਸਾਰੇ ਜੰਨਤ ਦੇ ਸੁਲਤਾਨ, ਸਾਰੇ ਦੇ ਸਾਰੇ ਮੁਸ਼ਕਲ ਕੁਸ਼ਾ, ਸਾਰੇ ਦੇ ਸਾਰੇ ਹਾਜਤ ਰਵਾ। ਅੱਲਾ ਦੀ ਜ਼ਮੀਨ 'ਤੇ ਸਿਰਫ ਸ਼ੀਆ ਕੌਮ ਹੈ ਜਿਹੜੀ ਇਹ ਗੱਲ ਕਰ ਸਕਦੀ ਹੈ, ਜਿਨ੍ਹਾਂ ਨੂੰ ਅਸੀਂ ਮੰਨੇ ਹਾਂ ਉਹਨਾਂ ਦਾ ਕਾਨੂੰਨ ਇੱਕ ਹੈ, ਉਹਨਾਂ ਦਾ ਮਜ਼ਮੂਨ ਇੱਕ ਹੈ, ਉਹਨਾਂ ਦਾ ਖੂਨ ਇੱਕ ਹੈ। ਔਰ ਅੱਲਾ ਬਾਦਸ਼ਾਹ ਦੀ ਧਰਤੀ 'ਤੇ ਸਿਰਫ ਅਲੀ ਵਲੀਉੱਲਾ ਪੜ੍ਹਨ ਵਾਲੀ ਕੌਮ ਹੈ ਜਿਹੜੀ ਪੂਰੀ ਕਾਇਨਾਤ ਦੀ ਅੱਖ 'ਚ ਅੱਖ ਪਾ ਕੇ ਆਖ ਸਕਦੀ ਹੈ, ਉਹ ਜ਼ਮਾਨੇ ਵਾਲਿਓ ਸਾਡੇ ਵੱਲੋਂ ਵੇਖੋ, ਅੱਲਾ ਬਾਦਸ਼ਾਹ ਨੇ ਸਾਨੂੰ ਵਾਰਸ ਉਹ ਅਤਾ ਕੀਤੇ ਨੇ ਜਿਨ੍ਹਾਂ ਦਾ ਜ਼ਿਕਰ ਮਾਵਾਂ 'ਚ ਵੀ ਜਾਇਜ਼ ਹੈ, ਭੈਣਾਂ 'ਚ ਵੀ ਜਾਇਜ਼ ਹੈ। ਨਸਲਾਂ ਆਬਾਦ ਰਹਿਣ। ਪੀਰ ਫਿਦਾ ਹੁਸੈਨ ਸ਼ਾਹ ਸਾਹਿਬ ਬਾਬਾ ਜੀ ਦਾ ਬੇਟਾ, ਮੈਨੂੰ ਇੱਥੇ ਆ ਕੇ ਪਤਾ ਲੱਗਿਆ, ਸ਼ਾਹਜ਼ਾਦਾ ਅਲੀ ਅਕਬਰ ਬਾਦਸ਼ਾਹ ਦਾ ਸਦਕਾ ਮੌਲਾ ਉਹਨਾਂ ਦੇ ਦਰਜਾਤ ਬੁਲਾ, ਬਾਬਾ ਜੀ ਨੂੰ ਮੌਲਾ ਸਬਰੇ ਜਮੀਲ ਅਤਾ ਫਰਮਾਏ। ਜਿਤਨੇ ਅਜ਼ਾਦਾਰ ਦੁਨੀਆ ਤੋਂ ਚਲੇ ਗਏ ਸਭ ਦੀ ਬੁਲੰਦੀ ਹੈ ਦਰਜਾਤ ਵਾਸਤੇ, ਬੁਲੰਦ ਸਲਵਾਤ। ਬੁਲੰਦ ਸੈਯਦ ਔਲਾ ਨੇ ਆਬਰੂ ਕੀ ਹੈ। ਬਹੁਤ ਅਜ਼ੀਮ ਮਜਮਾ, ਬਹੁਤ ਅੱਛਾ ਅਜ਼ੀਮ ਮਾਹੌਲ ਮਹਿਸੂਸ ਹੋ ਰਿਹਾ ਜੋ ਮਜਲਿਸ ਸ਼ੁਰੂ ਹੋਣ ਹੋ ਰਹੀ ਹੈ। ਤੁਹਾਡੀ ਇਸ ਤਵੱਜੋ ਨੂੰ ਮੇਰਾ ਸਲਾਮ ਹੈ। ਬੁਲੰਦ ਸੈਯਦ ਔਲਾ ਨੇ ਆਬਰੂ ਕੀ ਹੈ। ਫਕਤ ਜਹਾਨ ਮੇਂ ਯੇ ਦੋ ਨੇ ਜੁਸਤਜੂ ਕੀ ਹੈ। ਜਿਸ ਬੰਦੇ ਇਸ ਰੁਬਾਈ 'ਚ ਮੇਰੇ ਨਾਲ ਕਸ਼ਤੀ 'ਤੇ ਚੜ੍ਹਨਾ ਹੈ, ਉਹਨੂੰ ਮੈਂ ਪੂਰੀ ਮਜਲਿਸ 'ਚ ਨਾਲ ਰੱਖਣਾ ਹੈ। ਜੇ ਇਸ ਪਿੱਛੇ ਰਹਿ ਜਾਣਾ ਹੈ ਉਹਨੂੰ ਮੈਂ ਫੱਦਾ ਹੀ ਨਹੀਂ ਦੇਣਾ। ਬਾਬਾ ਜੀ ਦੁਆ, ਬੁਲੰਦ ਸੈਯਦ ਔਲਾ ਨੇ ਆਬਰੂ ਕੀ ਹੈ। ਫਕਤ ਜਹਾਨ ਮੇਂ ਯੇ ਦੋ ਨੇ ਜੁਸਤਜੂ ਕੀ ਹੈ, ਇੱਕ ਖਾਲਿਕ ਅਕਬਰ ਔਰ ਇੱਕ ਹੈ ਜ਼ੈਨਬ, ਜਿਨ੍ਹੋਂ ਨੇ ਲਹਿਜਾਏ ਹੈਦਰ ਮੇਂ ਗੁਫ਼ਤਗੂ ਕੀ। ਕਿਆ ਬਾਤ ਹੈ, ਨਜਫ ਤੱਕ ਆਵਾਜ਼ ਜਾਵੇ ਹੱਥ ਬੁਲੰਦ ਕਰਕੇ ਹੈਦਰੀ। ਸਲਾਮ ਸਲਾਮ ਅਲੀ ਵਾਲਿਆਂ ਨੂੰ। ਮਿਹਰਬਾਨੀ ਬੇਟਾ, ਮਿਹਰਬਾਨੀ। ਇੱਕ ਖਾਲਿਕ ਅਕਬਰ ਔਰ ਇੱਕ ਹੈ ਜ਼ੈਨਬ, ਜਿਨ੍ਹੋਂ ਨੇ ਲਹਿਜਾਏ ਹੈਦਰ ਮੇਂ ਗੁਫ਼ਤਗੂ ਕੀ। ਬਿਸਮਿਲ੍ਲਾ, ਤੁਹਾਡੀਆਂ ਜ਼ਿੰਦਗੀਆਂ ਬਿਸਮਿਲ੍ਲਾ। ਇਹ ਸਾਉਂਡ ਵਾਲੇ ਸਰਦਾਰ ਕਿਤੇ ਗਏ? ਅੱਛਾ, ਮਿਹਰਬਾਨੀ। ਕਾਰਵਾਨੇ ਤੌਹੀਦ, ਪੀਰ ਇਮਰਾਨ ਸ਼ਾਹ ਜੀ, ਜ਼ੈਨ ਸਾਹਿਬ, ਲਵ ਸੁਣਨਾ, ਦੁਆ ਸਹੀ। ਕਾਰਵਾਨੇ ਤੌਹੀਦ, ਮੁਜ਼ਾਹਿਰਾ ਤੌਹੀਦ 'ਚ ਜ਼ਾਹਿਰਨ ਕੈਦ, ਮਸਜਿਦ ਉਮੱਈਆ ਦਰਬਾਰੇ ਯਜ਼ੀਦ ਸਾਹਮਣੇ ਤਖਤ ਯਜ਼ੀਦ, ਇਸ਼ਾਰਾ ਕਰਕੇ ਦੇ ਇਹ ਮੁਤਕਬਰਾ ਬੀਬੀ ਕੌਣ ਹੈ? ਚਲੋ ਸਭ ਤਵੱਜੋ ਹੈ, ਇਹ ਮੁਤਕਬਰਾ ਬੀਬੀ ਕੌਣ ਹੈ? ਇਸ ਦੀ ਗੱਲ ਸੁਣ ਕੇ ਮਾਲਕਾਏ ਬਾਬੇ ਹਿੱਤਾ ਨੇ ਆਪਣੇ ਲਹਿਜੇ ਨੂੰ ਮੁਰਤਜ਼ਾਈ ਖਿਲਾਫ ਅਦਾ ਕੀਤਾ। ਫਰਮਾਇਆ ਖਾਮੋਸ਼,
کائنات ساکر اندر والے سانس اندر باہر والے باہر جنہ دے منہ بندن بند رہ گئے جنہ دے کھلے ان کھلے رہ گئے جنہ گھوڑیاں دے قدم زمین تو اتے سن اتے رہ گئے جنہ دے تھلے ان تھلے رہ گئے جڑے پرندے پرواز کر رہے ہیں وہ رک گئے اونٹاں دے گلیاں وچ گھنٹیاں سنٹر وچ رک گئیاں اختیار سیدہ شاباش زندہ باد بھائی اختیار سیدہ اختیار سیدہ اختیار سیدہ رات اس ٹائم تے بسم اللہ مہربانی شروع جیتے رہو میرا دل چاہتا میں فرمان اقدس تلاوت کراں اے فرمان تلاوت کرن تو بعد بابا جی میں منبر چھوڑ بھی دیواں میرے نزدیک میری حاضری مکمل ہے علی ولی اللہ پڑھن والی غیرت قوم تو شریف فرمائے جتھوں تک میری آواز جا رہی ہے مصطفی لہجے نال مرتضائی لہجے نال بلکہ انجا کھاں کبریائی لہجے نال عالمہ غیر معلمہ آقا زادی فرمایا یزید یاد رکھنا ہم وہ ہیں جن کا اترا ہوا لباس قرآن کا خلاف کر سکتا ہے کمال ہے بھائی کمال مہربانی جناب جنت ہے جنت ہے دعا ہے تہاڈی جن کا اترا ہوا لباس قرآن کا خلاف بن سکتا ہے تھرا گیا مہربانی سرکار تھرا گیا بسم اللہ مرشد گھبرا گیا اس کوشش کیتی انداز تبدیل کیتا گفتگو دا رخ چینج کیتا آدھا شمر اے قیدی کون ہے آدھا حسین دا بیٹا ہے نام علی ہے یہ آدھا میں تے تینوں آکھیا سی کہ نسل حسین ختم کر دے آدھا کوشش بڑی کیتی ہے آدھا دوبارہ کر کہہ دے دوبارہ کر جلال الہی نو جلا رہا تہاڈی توجہ نو سلام جلال الہی نو جلال ہے ہن میں ویکھنا ہے کیڑا بندہ مجلس سن رہا ہے کیڑا اکھاں جاگ کے جاگدا ہے توجہ رہے جتھوں تک آواز جا رہی ہے اے ادھر سجاد نو ختم کر دے عالمہ غیر معلمہ عقیلہ بنی ہاشم مصطفی علیہ السلام فرمایا خاموش یا علی کہہ کے نکلنا میرے آغاز میں ہے جوانیاں مانا بھائی ماتمی زندہ باد مہربانی بھائی سلام ہے حبیب رضا دا سلام ہے یا علی کہہ کے نکلنا میرے آغاز میں ہے مہربانی سے جناب دے کیا کہیں اے تین چار پانچ سیکنڈ دی خاموشی میں خود پیدا کی تھی اگلا مصرع اتنا بڑا ہے بابا جی میری زندگی تو مہنگا آقا زادی فرمایا یا علی کہہ کے نکلنا میرے آغاز میں ہے خالق کن کا تکلم میری آواز میں ہے مہربانی مرزا صاحب یا علی کہہ کے نکلنا میرے آغاز میں ہے خالق کن کا تکلم میری آواز میں ہے بی بی پاک فرمایا شارگ دین پیمبر بھی اسی راز میں ہے او شیعہ میرا قتل کرے گا جس اگلا مصرع ضائع کیتا علی دی بیٹی فرمایا اس کی حجت کو بچانا میرے انداز میں ہے توجہ ہے توجہ ہے میرا سردار اس کی حجت کو بچانا اس کی حجت کو بچانا اس کی حجت کو بچانا میرے انداز میں ہے آقا زادی فرمائے تو آکے سجاد نو ختم کر میری بات سن اور یزید میرے بھائی نے مجھے اپنی امانت دی ہے میں نے سجاد بچانے کی ضمانت دی ہے دونوں ہاتھ بلند کرو حیدری حق ادا کیتا تسا
میں نے سجاد بچانے کی ضمانت دی ہے. مہربانی سرکار. چلو چونکہ ماحول ایسا بن گیا ہے تو میں اگلا سمندر بھی پیش کر دوں. خطبہ محافظہ ولایت سن کے کریم کربلا نے نوک سنا تے مصطفی اکھاں کھولیاں. مصطفی لبائیں چ حرکت آئی. نوک سنا دے ممبر تے والی نائے نواب فرمایا میرے سجاد کے ابرو کا اشارہ ہوتا. اے بھائی تھوڑے آنسواں سلام معرفت ہے اور اے اللہ قائم اور دائم رکھے. اے حد چوریا میں یار صاحب نیاز حسین ذرا اگلے مصرے دی قیمت اس مجمع تو میں منگنا چاہنا. بابا جی دعا رہے میرے بادشاہ فرمایا میرے سجاد کے ابرو کا اشارہ ہوتا خلق یہ سارا جہاں آج دوبارہ ہوتا. خلق یہ سارا جہاں آج دوبارہ ہوتا. تواڈے امام فرمایا خلق یہ سارا جہاں تو پھر مولا فرمایا پڑ گیا خطرے میں پڑ گیا خطرے میں شبیر کا سجدہ زینب تیرے سجدوں کا نگر مجھ کو سہارا ہوگا. سید الساجدین زین العابدین آدم سادات حقیقی عزادار حسین حقیقی زاکر حسین کفیل کربلا دلیل کربلا وجود کربلا سید سجاد بادشاہ نے حجت خدا ہون دے باوجود محافظہ امامت تو خطبہ پڑھن دی اجازت منگی. مشیرائے آل محمد یعنی جس بی بی تو امامت بھی مشورے منگری اجازت ملی میرے مالک نے مرتضی اکھاں بلند کی دیا. یزید دے پاس ویکھ کے فرمایا تینوں کیا پتا سجاد کس عزت دا مالک ہے. تو شجرہ خبیثہ دا مالک ہے میں شجرہ طیبہ دا وارث ہوں. جو ہے چھ مصرے پڑھا جی. بابا جی اجازت ہے. مولا فرمایا تو شجرائے خبیصہ دا مالک ہے میں شجرائے طیبہ دا وارث ہاں تینوں کیا پتا حسین دا بیٹا کس عزت و عظمت دا مالک ہے. مولا فرمایا میں کون ہوں یہ صبر کے سلطان سے پوچھو. میں کون ہوں یہ صبر کے سلطان سے پوچھو. جناب سجاد فرمایا تورات سے انجیل سے قرآن سے پوچھو. میں کون ہوں یہ صبر کے سلطان سے پوچھو انجیل سے تورات سے قرآن سے پوچھو. مولا فرمایا میں دین ہوں یہ نبیوں کے سلطان سے پوچھو. میں دین ہوں یہ نبیوں کے سلطان سے پوچھو. تواڈے چوتھے امام فرمایا کیا میرے فضائل ہیں یہ رحمان سے پوچھو. حضرات کھولو جناب فرنٹ سیٹ. توجہ ہے جناب. مولا فرمایا کیا میرے فضائل ہیں یہ رحمان سے پوچھو. توجہ تواڈے چوتھے امام فرمایا او یزید یہ کون ہے جو راز یہاں کھول رہا ہے سجاد کے لہجے میں خود.
سجاد کے لہجے میں خدا بول رہا ہے. آؤ بسم اللہ سید. مولا وسطہ رکھن، سائیں آباد رکھن. چلو پیر عمران شاہ جی ایک گفٹ پیش کرنے لگا. میرے چوتھے امام فرمایا توحید کے جلووں کا خریدار بھی میں ہوں. توحید کے جلووں کا خریدار بھی میں ہوں. ہوں میں اس ہاتھ کی زیارت کرنا چاہنا جڑا علم تھلے چراغ جلاندا ہے. حسین دے بیٹے فرمایا حیدر بھی محمد بھی علمدار بھی میں ہوں. زندہ باد زندہ باد. توحید کے جلووں کا خریدار بھی میں ہوں، حیدر بھی محمد بھی علمدار بھی میں ہوں. مولا فرمایا رعیت ہے نبی جس کی وہ سردار بھی میں ہوں. تواڈے چوتھے امام فرمایا او یزید بد نسل سنو جعفر تیار بھی میں ہوں. اچھا اگلے دو مصرعوں تے میں زور نہیں لانا، ایکٹنگ نہیں کرنی. جے لفظیں چ زور ہویا تے انصاف ہو جائے گا. تواڈے زین العابدین مالک نے جلال جا کے فرمایا او یزید میری بات سن، وہ خطبہ بھی میرا ہے جو نیزے پہ دیا ہے، خنجر کے تلے سجدہ بھی میں نے ہی کیا. قصیدہ پڑھیے جناب. قصیدہ بھی میرا دل چاہتا ہے، خطبہ زین العابدین پڑھیے. چوی ربیع الاول پھالیا شہر، اپنے ویر کو نوکری ہوئے گی. ہاں مجلس ہے. لکھ لینے جناب. بسم اللہ. ہاں 13 ربیع الاول ملک ساجد صاحب، مولا پاک درجات بلند فرمان، منڈی بہاؤدین زین عباس کو نوکری ہوگی. بھابڑا مرزا صاحبان 28 اکتوبر انشاءاللہ نوکری ہوئے گی، حاضری ہوگی. تواڈے چوتھے بادشاہ قصیدہ پہلے مصرے چ شروع تے پہلے مصرے چ ختم. تساں دعا کرنی. دعا میرا سردار. بادشاہ فرمایا رحمان کے جلوے میرے، رحمان کے جلوے میرے چہرے رحمان کے جلوے میرے چہرے سے آیا ہے. رحمان کے جلوے میرے چہرے سے آیا ہے. رحمان کے جلوے میرے بسم اللہ کر رہا ہوں. جیو چہرے سے آیا ہے.
के जलवे मेरे مہربانیاں جناب ہم وارث کعبہ ہیں آ جڑا ٹائم ہے نا آ ٹائم اس ٹائم تے بندہ اٹھ کے تے نیرا اینا چاکھے نا بادشاہ حسین میں تیری بارگاہ چ حاضر ہو گیا نیرا اینا چاکھے تے اے ورد بنا لوے ویکھا جی رنگ کیویں لگدا اور اے ٹائم حسین بادشاہ دا پسندیدہ وقت ہے مولا جان نہایت توجہ ہم وارث کعبہ ہیں محمد کی زباں ہیں ذاکر گر مجمع عظیم دھرتی سادات دی نگری جتھوں تک آواز جا رہی ہے نظر اللہ نیاز حسین میرے الفاظ دے نال سفر کرنا بلا تشویش اس طریقے نال باقر العلوم دے پاک بابا فرمایا زنجیر پہن کر تجھے آزاد کیا ہے شاباش مہربانی مرشد ہاتھ تجھے پہن کر تجھے آزاد کیا ہے زنجیر پہن کر تجھے آزاد کیا ہے تاحشر تیری نسل کو برباد کیا ہے فرمایا اسلام کی زینت میرے سجدوں کے نشان ہے اسلام کی زینت میرے سجدوں کے نشان ہے لام ایک صلوات پڑھیے جناب بیٹھ جاؤ نوکری ہو گئی بہت زیادہ دو سطرہ نہیں فرمائش ہے بلکہ میں تقریباً ہر مجلس جو بابا جی پڑھ رہے ہوں تو ہے اجازت اجازت ہے سرکار اولاد محمد کا محافظ ہے ابھی تک عباس کا پرچم ہے کہ عمران کا گھر ہے علم دے تھلے رکھیں علم دے تھلے رکھیں سر نو جھکا کے علم دے تھلے
ਰੱਖੀ ਸਿਰ ਨੂੰ ਝੁਕਾ ਕੇ ਅਲਮ ਦੇ ਥੱਲੇ ਅਲਮ ਦੇ ਥੱਲੇ ਰੱਖੀ ਨਸਰ ਨਹੀਂ ਪੁੱਛੋ ਮੇਰੇ ਕੋ ਅਗਰ ਸਿਰ ਝੁਕਦਾ ਰਹੇ ਤਾਂ ਕੀ ਹੋਏਗਾ ਅਲਮ ਦੇ ਥੱਲੇ ਰੱਖੀ ਸਿਰ ਨੂੰ ਝੁਕਾ ਕੇ ਮਿਲੇਗਾ ਸ਼ਰੀਫ ਲੁੱਟੇ ਗਏ ਬਸ ਪੀਰ ਨਸੀਮ ਸ਼ਾਹ ਜੀ ਤੁਹਾਡੀ ਤਰਫੋਂ ਇੰਜ ਕਰਕੇ ਇੱਕ ਸ਼ੇਰ ਪੜ੍ਹਦਾ ਇੰਜ ਕਰਕੇ ਐ ਮਜਲਸੇ ਹੁਸੈਨ ਤੇਰਾ ਸ਼ੁਕਰੀਆ ਤੇਰੇ ਵਸੀਲੇ ਮੇਰੇ ਘਰ ਵੀ ਆ ਗਈ ਜ਼ੈਨਬ ਮੈਂ ਲੱਖ ਬਿਸਮਿਲ੍ਲਾ ਕਰਾਂ ਮੈਂ ਲੱਖ ਬਿਸਮਿਲ੍ਲਾ ਕਰਾਂ ਇਹ ਟਾਈਮ ਫਜ਼ਾਇਲ ਦਾ ਨਹੀਂ ਮੈਂ ਜਿਤਨੀ ਦੇਰ ਤੱਕ ਫਜ਼ਾਇਲ ਪੜ੍ਹਦਾ ਰਿਹਾ ਤੁਹਾਡੀਆਂ ਅੱਖਾਂ ਵਸਦੀਆਂ ਰਹੀਆਂ ਇਸੇ ਟਾਈਮ 'ਤੇ ਬਿਲਕੁਲ ਇਸੇ ਟਾਈਮ 'ਤੇ ਹੁਸੈਨ ਬਾਦਸ਼ਾਹ ਮੁਸੱਲੇ 'ਤੇ ਬੈਠ ਕੇ ਨਹੀਂ ਖੜ੍ਹੇ ਹੋ ਕੇ ਇੰਜ ਕਰਕੇ ਹੁਸੈਨ ਦੁਆ ਮੰਗਦੇ ਹਨ ਜਿਸ ਰਾਹਬ ਨੂੰ ਆਪ ਸੱਤ ਪੁੱਤਰ ਦਿੱਤੇ ਨੇ ਉਹ ਹੁਸੈਨ ਖੁਦ ਦੁਆ ਮੰਗ ਰਿਹਾ ਤੇ ਦੁਆ 'ਚ ਕੀ ਮੰਗ ਰਿਹਾ ਹੁਸੈਨ ਫਰਮਾ ਰਹੇ ਨੇ ਮੇਰਾ ਅੱਲਾਹ ਮੈਨੂੰ ਇੱਕ ਐਸੀ ਧੀ ਅਤਾ ਕਰ ਜਿਹੜੀ ਨਾ ਮੇਰੇ ਤੋਂ ਬਗੈਰ ਰਹਿ ਸਕੇ ਵਾਹ ਬਾਈ ਵਾਹ ਰੰਗ ਕੋਈ ਹੋਰ ਨਹੀਂ ਦੱਸਦਾ ਜਿਹੜੀ ਨਾ ਮੇਰੇ ਤੋਂ ਬਗੈਰ ਰਹਿ ਸਕੇ ਜਿੰਦੇ ਤੋਂ ਬਗੈਰ ਨਾ ਮੈਂ ਰਹਿ ਸਕਾਂ ਨੌਜਵਾਨ ਭਾਈ ਸਾਦਾਤ ਗੈਰ ਸਾਦਾਤ ਨਵਾਬੇ ਕਰਬਲਾ ਫਰਮਾਇਆ ਅਗਰ ਅੱਲਾਹ ਮੈਨੂੰ 1000 ਪੁੱਤਰ ਦਿੰਦਾ ਮੈਂ ਹਰ ਪੁੱਤਰ ਦਾ ਨਾਂ ਬੋਲੋ ਅਲੀ ਰੱਖਦਾ ਐਵੇਂ ਬੇਟਾ ਇਸ ਤਰ੍ਹਾਂ ਹੀ ਹੈ ਮੇਰੇ ਇਮਾਮ ਫਰਮਾਇਆ ਅਗਰ ਅੱਲਾਹ ਮੈਨੂੰ 1000 ਪੁੱਤਰ ਦਿੰਦਾ ਮੈਂ ਹਰ ਪੁੱਤਰ ਦਾ ਨਾਂ ਅਲੀ ਰੱਖਦਾ ਬਤੂਲ ਦੇ ਪੁੱਤਰ ਅੱਗੇ ਫਰਮਾਇਆ ਅਗਰ ਅੱਲਾਹ ਮੈਨੂੰ 1000 ਧੀ ਦਿੰਦਾ ਮੈਂ ਹਰ ਧੀ ਦਾ ਨਾਮ ਫਾਤਿਮਾ ਰੱਖਦਾ ਮਸਾਇਬ ਇਸ ਤੋਂ ਵੱਡਾ ਮੈਨੂੰ ਯਾਦ ਹੀ ਨਹੀਂ ਜਿਹੜਾ ਮੈਂ ਅੱਜ ਇਸ ਬਾਰ ਵਿੱਚ ਪੜ੍ਹਨ ਲੱਗਾ ਜੇ ਤੇਰੇ ਜਿਗਰ 'ਚ ਲੈ ਗਿਆ ਕਫਨ 'ਚ ਵੀ ਨੌਕਰ ਵਾਸਤੇ ਦੁਆ ਕਰ ਸੇ ਇਸ ਬੀਬੀ ਦਾ ਨਾਮ ਸਕੀਨਾ ਨਹੀਂ ਨਾਮ ਫਾਤਿਮਾ ਸਕੀਨਾ ਕਿਉਂ ਤਸਕੀਨੇ ਦਿਲੇ ਹੁਸੈਨ ਹੁਸੈਨ ਦੇ ਦਿਲ ਦੇ ਸਕੂਨ ਦੀ ਵਜ੍ਹਾ ਤੋਂ ਸ਼ਬੀਰ ਫਰਮਾਇਆ ਇਹ ਸਕੀਨਾ ਚਲੋ ਤੁਹਾਡੇ ਗਿਰੀਏ ਦੇ ਇਜ਼ਾਫੇ ਵਾਸਤੇ ਖਿਲਾਫ ਜ਼ੋਰ ਚੱਪੜਾਂ ਮੇਰੀ ਸੈਨ ਸਕੀਨਾ ਦਾ ਜਦੋਂ ਜ਼ਹੂਰ ਹੋਇਆ ਨਾ ਤੇ ਬੀਬੀ ਫਿਜ਼ਾ ਸਰਕਾਰ ਬੀਬੀ ਨੂੰ ਚਾਹ ਕੇ ਤੇ ਝੂਲੇ 'ਚ ਸਮਾਨ ਲੱਗੇ ਤੇ ਸੈਨ ਫਿਜ਼ਾ ਦਾ ਹੱਥ ਪਕੜ ਕੇ ਹੁਸੈਨ ਫਰਮਾਇਆ ਅੰਮਾ ਫਿਜ਼ਾ
ਮੇਰੀ ਇਸ ਧੀ ਦਾ ਬਿਸਤਰ ਨਹੀਂ ਬਣਾਉਣਾ। ਫਰਮਾਇਆ ਹੁਸੈਨ ਕਿਉਂ ਸ਼ਬੀਰ ਇੰਜ ਕਰਕੇ ਦਿਨ ਇਹਦਾ ਬਿਸਤਰ ਮੇਰਾ ਸੀਨਾ ਅਜ਼ਾਦਾਰ ਦਾ ਹੱਥ ਸੀਨੇ ਤੇ ਆਵੇ, ਅਜ਼ਾਦਾਰ ਦਾ ਹੱਥ ਸੀਨੇ ਤੇ ਆਵੇ, ਇਹਦਾ ਬਿਸਤਰ ਮੇਰਾ ਸੀਨੇ। ਹੁਸੈਨ ਬਾਦਸ਼ਾਹ ਆਖਣਾ ਇਹ ਧੀ ਜਦੋਂ ਮੇਰੇ ਸੀਨੇ ਤੇ ਸਮਦੀ ਏ ਮੈਨੂੰ ਸਕੂਨ ਆ ਜਾਂਦਾ ਹੈ। ਇੱਥੋਂ ਨਾਮ ਪੈ ਗਿਆ ਸਕੀਨਾ। ਕੀ ਨਾਮ ਪੈ ਗਿਆ? ਸਕੀਨਾ। ਸਹਿਰੀ ਹੋ ਚੱਲੀਏ ਹੁਸੈਨ ਦੇ ਅਕਬਰ ਦਾ ਜ਼ੰਜੀਰ ਜ਼ੰਨਾ ਛੋਟਾ ਜਿਹਾ ਲਾ ਕੇ ਰੰਗਲ 'ਚ ਕੱਪੜਾ ਪਾ ਕੇ ਮੈਂ ਸਾਰੇ ਸਾਦਾਤ ਗੈਰ ਸਾਦਾਤ ਅੱਗੇ ਮਿੰਨਤ ਪਿਆ ਕਰਦਾ ਇਹ ਨੌਕਰ ਦਾ ਲਫ਼ਜ਼ ਜ਼ਾਇਆ ਨਹੀਂ ਕਰਨਾ। ਹੁਸੈਨ ਫਰਮਾਉਂਦੇ ਰਹੇ ਸਕੀਨਾ ਨਾਮ ਹਾਈ ਫਾਤਿਮਾ ਇਸ ਇਲਾਕੇ ਅਲਿਆ ਮੈਨ ਅੱਜ ਦੀ ਰਾਤ ਦੀ ਕਸਮ ਹੈ ਹੁਸੈਨ ਸਕੀਨਾ ਸਕੀਨਾ ਕਰਕੇ ਬੁਲਾਉਂਦਾ ਰਿਹਾ ਮੁਸਲਮਾਨ ਫਾਤਿਮਾ ਸਮਝ ਕੇ ਬਾਹਰ ਗਿਆ। ਬੜੇ ਵੱਡੇ ਸਿਖਰ ਦਾ ਮਾਲਕ ਜਿਹਦਾ ਹੱਥ ਸੀਨਾ ਤੇ ਨਹੀਂ ਆਇਆ ਇਨਸ਼ਾਅੱਲਾ ਪੁੱਤਰਾਂ ਦੀ ਜ਼ਿੰਦਗੀ ਹੋਣੇ ਅੱਲਾ ਤੁਹਾਡੀਆਂ ਧੀਆਂ ਦੇ ਨਸੀਬ ਹੋਣੇ। ਫਰਮਾਇਆ ਮੈਂ ਸਦਕੇ ਜਾਵਾਂ ਹੁਸੈਨ ਸਕੀਨਾ ਸਕੀਨਾ ਕਰਕੇ ਬੁਲਾਉਂਦੇ ਰਹੇ ਮੁਸਲਮਾਨ ਫਾਤਿਮਾ ਸਮਝ ਕੇ ਮਾਰਦੇ ਰਹੇ। ਲੰਬਾ ਮਜ਼ਮੂਨ ਹੈ, ਨਹੀਂ ਪੜ੍ਹਨਾ ਮੈਂ ਸਾਰਾ ਮਜ਼ਮੂਨ, ਬਸ ਦੋ ਤੇ ਦੋ ਮੈਂ ਵੈਣ ਕਰਨਾ। ਜ਼ਰਬ ਇੰਜ ਨਹੀਂ ਹੁੰਦੀ, ਇਹਨਾਂ ਬੱਚਿਆਂ ਵਾਸਤੇ ਪੜ੍ਹ ਰਿਹਾ। ਜ਼ਰਬ ਕੀ ਪੜ੍ਹਾਂ ਕੀ ਸੁਣਾਵਾਂ? ਮੈਂ ਮਾਤਮੀ ਦੇ ਹੱਥ ਦੀ ਜ਼ਿਆਰਤ ਕਰਨਾ ਚਾਹੁੰਦਾ, ਸਦਾ ਦਿੰਦੇ ਇਜਾਜ਼ਤ ਜੁਮਲਾ ਪੜ੍ਹਾਂ। ਬਾਬਾ ਜੀ ਮਿੰਬਰ ਗਵਾਏ ਸ਼ਿਮਰ ਹੁਸੈਨ ਦੀ ਗਰਦਨ ਤੇ ਜ਼ਰਬ ਮਾਰਦਾ ਹਾ ਪਿਓ ਦੀ ਗਰਦਨ ਦਾ ਖੂਨ ਧੀ ਦੇ ਮੂੰਹ ਤੇ ਪਾਉਂਦਾ ਹਾ ਮੈਂ ਦਾਰੈਨ ਕੁਰਬਾਨ ਕਰਾਂ, ਮੈਂ ਦਾਰੈਨ ਕੁਰਬਾਨ ਕਰਾਂ। ਮਰਹਬਾ ਜਿਹੜਾ ਨੀਤ ਕਿਹਾ ਇਨਸ਼ਾਅੱਲਾ ਕਜ਼ਾ ਨਾ ਹੋਵੇ। ਜ਼ਰਬਾਂ ਚੱਲਦੀਆਂ ਰਹੀਆਂ, ਨਬੀ ਪਿੱਛੇ ਹਟਦੇ ਗਏ, ਧੀ ਅੱਗੇ ਵੱਧਦੀ ਆਈ। ਇੱਕ ਰਿਸ਼ਤਾ ਹੈ ਭੈਣ ਦਾ, ਇੱਕ ਰਿਸ਼ਤਾ ਹੈ ਧੀ ਦਾ। ਮੈਂ ਕੀ ਆਖਿਆ? ਇੱਕ ਭੈਣ ਇੱਕ ਧੀ, ਫਰਕ ਕਿਤਨਾ ਹੈ? ਭੈਣ 70 ਕਦਮਾਂ ਤੇ ਆਈ, ਧੀ ਦਾ ਖੰਜਰ ਚਾਰ। ਕਮਾਲ ਹੈ ਬਾਈ, ਕਮਾਲ ਹੈ ਬਾਈ। ਅੱਠਵੀਂ ਜ਼ਰਬ ਤੇ ਚਲੋ ਦੋ ਸ਼ੇਰ ਪੜ੍ਹਦਾ। ਬਾਬਾ ਜੀ ਮੈਂ ਇੱਕ ਨਜ਼ਮ ਲਿਖੀ ਸੀ, ਹੁਸੈਨ ਬਾਦਸ਼ਾਹ ਫਰਮਾਇਆ ਮੈਂ ਕਲਬੇ ਮੁਹੰਮਦ ਮੇਰੀ ਯਾਸੀਨ ਸਕੀਨਾ, ਮੈਂ ਰੂਹੇ ਪੈਗੰਬਰ ਮੇਰੀ ਤਸਕੀਨ ਸਕੀਨਾ। ਜੇ ਤੁਸੀਂ ਨੌਕਰ ਤੇ ਤਰਸ ਚੈੱਕ ਕਰੋ ਤੇ ਇਸ ਤੋਂ ਅੱਗੇ ਮੈਨੂੰ ਪੜ੍ਹਨ ਦੀ ਲੋੜ ਹੀ ਕੋਈ ਨਹੀਂ। ਜ਼ਰਬਾਂ ਚੱਲਦੀਆਂ ਰਹੀਆਂ ਨਾ ਤੇ ਹੁਸੈਨ ਤੜਪਿਨ ਬੀਬੀਆ ਦਿਨ ਬਾਬਾ ਜ਼ਿਆਦਾ ਦਰਦ ਹੈ ਸ਼ਬੀਰਾ ਦਿਨ ਖੰਜਰ ਕਾ ਮੁਝੇ ਖੌਫ ਨਾ ਹੈ ਖੌਫ ਕਿਸੀ ਕਾ, ਖੰਜਰ ਕਾ ਮੁਝੇ ਡਰ ਹੈ ਨਾ ਹੈ ਖੌਫ ਕਿਸੀ ਕਾ, ਤੜਪਾਣੇ ਲਗੀ ਹੈ ਤੇਰੀ ਤਦਫੀਨ ਸਕੀਨਾ। ਸੋਹਣਿਆ ਸੁਆ ਗਿਆ, ਸੋਹਣੀ ਤਿਆਰੀ ਹੋ ਗਈ। ਅੱਠਵੀਂ ਜ਼ਰਬ ਤੇ ਹੁਸੈਨ ਜ਼ਿਆਦਾ ਤੜਪਿਨ ਮੇਰੀ ਸੈਣ ਪਿਓ ਦੇ ਮੂੰਹ ਨਾਲ ਮੂੰਹ ਲਾ। ਬਾਬਾ ਉਹ ਮੇਰਾ ਕਹਿ ਕੁਝ ਨਾ ਆਖਣ ਵਾਲਾ ਬਾਬਾ, ਬਾਬਾ ਜ਼ਰਬਾਂ ਦਾ ਦਰਦ ਹੈ? ਫਰਮਾਇਆ ਨਹੀਂ ਸਕੀਨਾ। ਬਾਬਾ ਬਾ ਤੜਪਦਾ ਕਿਉਂ ਹੋਏ? ਸ਼ਬੀਰਾ ਦਿਨ ਮੇਰੀ ਧੀ ਮੈਂ ਤੇਰੇ ਕੋਲੋਂ ਕੁਝ ਮੰਗਣਾ ਚਾਹਨਾ। ਜ਼ਿੰਦਗੀ ਗੁਜ਼ਰ ਗਈ ਤੁਹਾਡੀ, ਮਾਂ ਸਾਹਿਬ ਸੁਣਦਿਆਂ ਬਾਬਾ ਮੈਂ ਕੀ ਦੇ ਸਕਦੀ ਹਾਂ? ਫਰਮਾਇਆ ਸਕੀਨਾ ਮੈਂ ਤੇਰੇ ਕੋਲ ਮੰਗਾਂ, ਮੰਗ ਬਾਬਾ ਇਸ ਇਲਾਕੇ ਵਾਲਿਆ ਬਤੂਲ ਦੇ ਤਸੇ ਪੁੱਤਰ ਖੰਜਰ ਹੇਠ ਕਰਨਾ ਫੇਰੀ।
ਤੇ ਸ਼ਬੀਰ ਰੋ ਕੇ ਤੇ ਸਕੀਨਾ ਮੰਗਦਾ ਇਹੋ ਕੋ ਜਾ ਮੇਰੇ ਸੱਜਾਦ ਦਾ ਖਿਆਲ ਰੱਖੀ। ਵਾਹ ਬਈ ਵਾਹ, ਵਾਹ ਬਈ ਵਾਹ। ਸੈਯਦਾ ਦਾ ਜ਼ਰਬਾ ਮੁਕਦਿਆ ਪਈਆਂ ਮੇਰੇ ਸ਼ਾਹ ਆਖਰੀ ਬਚਲ ਦਰ ਮੇਰਾ ਨਫੀਸ ਪੁੱਤਰ ਹੈ। ਕਰੋ ਸਵਾਲ, ਵੱਤ ਰੱਖਿਆਸ ਇੰਜ ਰੱਖਿਆਸ ਜਿਵੇਂ ਹੁਸੈਨ ਆਪ ਰੱਖਦਾ। ਗਿੱਲੀ ਮਿੱਟੀ ਲੱਭੇ ਹਾਂ ਵੀ ਰਾਹ ਦੀਆਂ ਬੇੜੀਆਂ 'ਤੇ ਪਾਏ ਹਾਂ, ਪਾਣੀ ਮਿਲਦਾ ਹਾਂ ਜ਼ੰਜੀਰਾਂ 'ਤੇ ਪਾਵੇ ਹਾਂ, ਜਿੱਥੇ ਕਾਫਲਾ ਬਵੇ ਆ ਜਿਸ ਬੇੜੀਆਂ ਪਾਈਆਂ ਹੋਣ ਉਹਦੇ ਪੈਰ ਰਾਂਦੇ ਇੰਜ ਨੂੰ ਉੱਤੋਂ ਦੀ ਆ ਕੇ ਇੰਜ ਕਰਕੇ ਆਖਿਆ ਨਾਲੇ ਤੇਰੇ ਪੈਰ ਚੁੰਮਾਂ ਨਾਲੇ ਮੂੰਹ ਨਾਲ ਤੇਰੇ ਪੈਰਾਂ ਚੋਂ ਕੰਢੇ ਕੱਢਾਂ ਸੱਜਾਦ ਮੇਰੇ ਪਿਓ ਦੇ ਨਸਲ 'ਚ ਤੇਰੇ ਨਾਲੋਂ ਵੱਡਾ ਨਫੀਸ ਹੋਇਆ। ਮਰਹਬਾ ਮਰਹਬਾ ਮਰਹਬਾ, ਭਲਾ ਹੋਵੇ ਭਲਾ ਨੇ ਭਲਾ ਨੇ। ਬਸ ਮੈਂ ਵਹਿਣ ਕਰਨ ਲੱਗਾ, ਤੁਹਾਡੇ ਚੌਥੇ ਇਮਾਮ ਫਰਮਾਇਆ ਦੋ ਗੱਲਾਂ ਮੇਰੀ ਦਾੜੀ ਚਿੱਟੀ ਕਰ ਗਈਆਂ, ਸਕੀਨਾ ਦੇ ਸਵਾਲ ਭੁੱਖੀ ਦਾ ਦਰਬਾਰ। ਮੈਂ ਬਾਬਾ ਜੀ ਜਦੋਂ ਪਹਿਲੀ ਦਫ਼ਾ ਸ਼ਾਮ ਗਿਆ ਮੌਜਜ਼ਾ ਹੋਇਆ। ਇਹ ਗੱਲ ਮੈਂ ਇਸ ਤੋਂ ਕਰਨ ਲੱਗਾ ਤੁਸੀਂ ਵੀ ਕੁਝ ਮੰਗ ਕੇ ਜਾਓ ਇਸ ਮੇਰੀ ਸੈਣ ਤੋਂ। ਇਹ ਕਰੀਮਾ ਏ ਆਲੇ ਮੁਹੰਮਦ। ਜਦੋਂ ਅਸੀਂ ਗਰੀਬਾਂ ਵਾਲੇ ਕਬਰਸਤਾਨ ਗਏ ਨਾ ਜੀ, ਇੱਥੋਂ ਕਫਨ ਲੈ ਗਏ, ਦੁਰ ਲੈ ਗਏ, ਚੋਲੇ ਲੈ ਗਏ। ਜਦੋਂ ਹੁਸੈਨ ਦੇ ਜੀ ਦਾ ਸਲਾਮ ਕਰਨ ਗਏ ਹਾਂ ਮੇਰੀ ਆਪਣੀ ਪੇਸ਼ਾਨੀ ਰੰਗੀਨ ਆਈ। ਪਤਾ ਨਹੀਂ ਕਿੱਥੋਂ ਦੀਆਂ ਵਸਦੀਆਂ ਦੋ ਮਾਵਾਂ ਦੀਆਂ ਆਈਆਂ, 7 ਜਾਂ 8 ਸਾਲ ਦੀ ਬੱਚੀ ਆਈ। ਫਿਰ ਨਸੀਮ ਸ਼ਾਹ ਜੀ ਜਿਹੜੀ ਗੂੰਗੀ ਆਈ ਬੋਲ ਨਹੀਂ ਸਕਦੀ। ਜਦੋਂ ਹੁਸੈਨ ਦੀ ਧੀ ਦਾ ਸਲਾਮ ਕਰਕੇ ਬਾਹਰ ਆਏ ਜਿਹੜੇ ਕੋਲ ਹਨ ਉਹਨਾਂ ਸਾਰਿਆਂ ਵੇਖਿਆ ਵੀ ਅਤੇ ਸੁਣਿਆ ਵੀ ਇਹ ਗੂੰਗੀ ਬੱਚੀ ਪਈ ਆਉਂਦੀ ਆਈ। ਹਾਏ ਸਕੀਨਾ, ਹਾਏ ਸਕੀਨਾ, ਹਾਏ ਸਕੀਨਾ, ਭਲਾ ਹੋਵੇ ਭਲਾ ਹੋਵੇ। ਬਸ ਮਿਲ ਗਈ ਖੈਰਾਤ, ਰਾਜ਼ੀ ਰਵੇ ਸੈਯਦਾਦਾ, ਮੰਜ਼ਲ ਦੂਰ ਹੈ। ਲਾ ਇਲਾਹਾ ਇਲਲਾ ਮੁਹੰਮਦ ਰਸੂਲੁੱਲਾ ਅਲੀਨ ਵਲੀਉੱਲਾ ਦੀ ਕਸਮ, ਸ਼ਾਮ ਫਤਿਹ ਹੋਈ ਏ ਅਲੀ ਅਸਗਰ ਦੀ ਭੈਣ ਦੇ ਵਹਿਣਾ ਦੀ ਵਜ੍ਹਾ ਤੋਂ। ਇਸ ਟਾਈਮ 'ਤੇ ਵੀ ਲੋਕ ਉੱਠ ਕੇ ਨਾ ਅਤੇ ਯਜ਼ੀਦ ਦੇ ਕੋਲ ਆਉਂਦੇ ਹੈ, ਪਰ ਸਾਨੂੰ ਇੰਝ ਲੱਗਦਾ ਹੈ ਸਾਡੇ ਮਕਾਨ ਦੀਆਂ ਛੱਤਾਂ ਜ਼ਮੀਨ 'ਤੇ ਆਉਣ, ਸਾਡੇ ਬੱਚੇ ਦੁੱਧ ਪੀਣਾ ਛੱਡ ਦਿੰਦੇ ਨੇ, ਸਾਨੂੰ ਨੀਂਦ ਨਹੀਂ ਆਉਂਦੀ। ਯਜ਼ੀਦ ਆਦਾ ਕਿਉਂ ਇਹ ਆਦੇ ਨੇ ਕੋਈ ਬੱਚੀ ਏ ਜਿਹੜੀ ਬਾਬਾ ਬਾਬਾ ਕਰਕੇ ਰੋਂਦੀ ਹੈ। ਜਦੋਂ ਜ਼ਿੰਦਾਨ ਦੀਆਂ ਸਲਾਖਾਂ ਨੱਪ ਕੇ ਆਦੀ ਬਾਬਾ ਰੁੱਲ ਗਈਆਂ। ਬਸ ਮੁਕਾਵਾਂ ਰੋਣ 'ਤੇ ਪਾਬੰਦੀ, ਜ਼ੈਨੁਲ ਆਬਦੀਨ ਆਏ ਫਰਮਾਇਆ ਸਕੀਨਾ ਤੇਰੀ ਦਾਦੀ ਦੇ ਰੋਣ 'ਤੇ ਵੀ ਪਾਬੰਦੀ ਹੈ, ਅੱਜ ਤੇਰੇ ਰੋਣ 'ਤੇ ਲੱਗ ਗਈ। ਵਿਰਾਹ ਦੀਆਂ ਕੜੀਆਂ ਚੁੰਮ ਕੇ ਆਦੀ ਸੱਜਾ ਦਾਦੀ ਵੀ ਪਿਓ ਨੂੰ ਰੋਂਦੀ ਆਈ। ਮੈਂ ਵੀ ਮਜ਼ਲੂਮ ਬਾਬੇ ਕੋ ਰੋਂਦੀ ਹਾਂ। ਮੇਰੀ ਭੈਣ ਇਤਨਾ ਨਾ ਰੋਣਾ ਕਰ, ਇਸ ਲਫ਼ਜ਼ ਦੀ ਚੋਖੀ ਸਮਝ ਉਹਨਾਂ ਨੂੰ ਆਉਣੀ ਆ ਜਿਨ੍ਹਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਨੇ ਰੋ ਰੋ ਕੇ। ਫਰਮਾਇਆ ਮੇਰੀ ਭੈਣ ਇਤਨਾ ਨਾ ਰੋਣਾ ਕਰ, ਇੰਜ ਕੜੀਆਂ ਚੁੰਮ ਕੇ ਆਦੀ ਹੈ ਕਿਵੇਂ ਨਾ ਰੋਵਾਂ ਜਿਵੇਂ ਕੁਸਦਾ ਮੈਂ ਦਿੱਤਾ। ਅੱਲਾ ਤੇਰੀਆਂ ਧੀਆਂ ਦੇ ਗੁਰ ਕੇ ਸਲਾਮਤ ਰੱਖੇ, ਸ਼ਾਲਾ ਪੁੱਤਰਾਂ ਦੇ ਦੁੱਖ ਨਾ ਵੇਖੇ। ਮੈਂ ਸਦਕੇ ਜਾਵਾਂ, ਮੈਂ ਸਦਕੇ ਜਾਵਾਂ। ਬਸ ਸਜਾਦ ਇੱਕ ਵਾਰੀ ਬਾਬਾ ਮਿਲਾ ਮੁਕਾਵਾਂ ਬਾਈ। ਬਿਸਮਿਲ੍ਲਾ ਮੇਰੇ ਇਮਾਮ ਗਏ। ਕੋਈ ਸ਼ੈ ਅਦਬ ਨਾਲ ਚਾਣੀ ਹੋਵੇ ਉਹਨੂੰ ਇੰਝ ਚਾਹੀਦਾ, ਦੋਵਾਂ ਹੱਥਾਂ ਨਾਲ। ਸੈਯਦ ਔਰ ਸੈਯਦਜ਼ਾਦੀਆਂ ਮੇਰੀ ਮੁਰਸ਼ਿਦਜ਼ਾਦੀਆਂ, ਇਸ ਇਸ਼ਾਰੇ ਦੀ ਮਾਫ਼ੀ, ਪੀਰ ਇਮਰਾਨ ਸ਼ਾਹ ਜੀ ਮਾਫ਼ੀ, ਬੁਖਾਰੀ ਸੈਯਦੋ ਸਾਦਾਤ ਮਾਫ਼ ਕਰ ਸੋ। ਅਦਬ ਨਾਲ ਕੋਈ ਸ਼ੈ ਚਾਣੀ ਹੋਵੇ ਤਾਂ ਉਹਨੂੰ ਇੰਝ। ਜਵਾਨੀ ਮਾਣੇ ਕੁਝ ਕਦਮਾਂ 'ਤੇ ਹਨ ਸੱਜਾਦ ਅਤੇ ਬਾਕਰ, ਇਹਨਾਂ ਹੁਸੈਨ ਦਾ ਸਰ ਇੰਝ ਚਾਹੀਦਾ। ਰੱਤ ਵੱਤ ਗਈ ਤੇਰੇ ਇਮਾਮ ਦੀ, ਸੈਯਦ ਇੰਝ ਨਾ ਚਾਹੇ ਤੋ ਇੱਕ ਵਾਰ ਤੁਰਦਾ ਹਾਂ।
ਇਹਨਾਂ ਫੌਜੀਆਂ ਵਾਂਗ ਚਾਇਆ, ਸੱਜਾਦ ਪੁੱਤਰਾਂ ਵਾਂਗ ਝੱਲਿਆ। ਅਲਹਮਦੁਲਿਲਾ ਬਜ਼ੁਰਗ ਜ਼ਾਕਰ ਪੜ੍ਹਦੇ ਹੁੰਦੇ ਆਏ, ਜਦੋਂ ਰਾਤ ਦੀ ਮਜਲਿਸ ਵਿੱਚ ਯਕਦਮ ਅੰਧੇਰਾ ਹੋ ਜਾਏ, ਸਮਝੋ ਕਿਸੇ ਬੀਬੀ ਦੀ ਆਮਦ ਹੈ। ਅਲਹਮਦੁਲਿਲਾ ਇੱਕ ਲਫ਼ਜ਼ ਪੜਾ, ਮੇਰੀ ਆਵਾਜ਼ ਆ ਰਹੀ ਏ? ਸਾਦਾਤ ਗੈਰੇ ਸਾਦਾਤ, ਜਦੋਂ ਸ਼ਾਮ ਦੇ ਬਾਜ਼ਾਰ ਚ ਜ਼ਿਆਦਾ ਪੱਥਰ ਵਸੇ, ਸੱਜਾਦ ਪੱਥਰ ਝਲ ਕੇ ਬਾਜ਼ਾਰ ਚ ਝੜ ਪਿਆ, ਬੜੀ ਮੁਸ਼ਕਲ ਨਾਲ ਰਾਹ ਬਣਾ ਕੇ ਭਰਾ ਦੀ ਦਾੜੀ ਚੁੰਮ ਕੇ ਆਦੀਏ, ਮੈਨੂੰ ਇੱਕ ਗੱਲ ਦਾ ਜਵਾਬ ਦੇ ਸੱਜਾਦ, ਸ਼ਾਮ ਦੇ ਬਾਜ਼ਾਰ ਚ ਇਸ ਟਾਈਮ ਅਗਰ ਮੈਂ ਮਰ ਜਾਵਾਂ, ਕਰ ਲੈ ਮਤੇ ਆਖਰੀ ਹੋਵੇ, ਸੱਜਾਦ ਅਗਰ ਮੈਂ ਮਰ ਜਾਵਾਂ, ਸੱਜਾਦ ਤੂੰ ਮੈਨੂੰ ਦਫਨਾ ਲੈ ਸੇ, ਮੈਨੂੰ ਇੱਕ ਗੱਲ ਦਾ ਜਵਾਬ ਦੇ, ਜੇ ਤੇਰੇ ਨਾਲ ਕੁਝ ਬਣ ਗਈ, ਸੱਜਾਦ ਤੈਨੂੰ ਕੌਣ ਦਫਨੇ ਸੀ? ਓ ਸਾਡੇ ਵੱਡੇ ਪੂਰ ਦਾ ਮਲਾਹ ਵੀਰਨ, ਬਸ ਸੱਜਾਦ ਬਾਦਸ਼ਾਹ ਸਰ ਲੈ ਕੇ ਆਏ, ਸਕੀਨਾ ਬਾਬਾ ਮਿਲਣ ਆਏ, ਫਰਮਾਇਆ ਇੱਕ ਲਾਜ਼ਾ ਰੁੱਕ, ਮੈਂ ਮਸਤੂਰਾਤ ਦਾ ਇਕੱਠਾ ਸਲਾਮ ਕਰਾਂ, ਨਿੱਕੇ ਨਿੱਕੇ ਹੱਥ ਮੱਥੇ 'ਤੇ ਰੱਖ ਕੇ, ਬੀਬੀ ਆਦਿ ਮੇਰੀਆਂ ਮਾਵਾਂ, ਮੇਰੀਆਂ ਫੁੱਫੀਆਂ, ਮੇਰੀਆਂ ਭੈਣਾਂ, ਦਾਦੀ ਫਿਜ਼ਾ, ਕਿਸੇ ਬੀਬੀ ਨੂੰ ਮੇਰੇ ਵੱਲੋਂ ਕੋਈ ਤਕਲੀਫ ਆਈ ਹੋਵੇ, ਯਤੀਮ ਸਮਝ ਕੇ ਮਾਫ ਕਰੇ। ਸੱਜਾਦ ਲੈ ਆ ਮੇਰੇ ਬਾਬੇ ਦਾ ਸਰ, ਇੰਜ ਕੀਤਾਸ ਨਹੀਂ, ਇੰਜ ਕੀਤਾਸ ਨਹੀਂ, ਜਿਵੇਂ ਜਿਵੇਂ ਸੱਜਾਦ ਬਾਬੇ ਦਾ ਸਰ ਚਾ ਕੇ ਆਏ, ਅਸਗਰ ਦੀ ਭੈਣ ਮਿੱਟੀ ਤੇ ਸਮਦੀ ਗਈ ਏ, ਬੀਬੀ ਆਦੀ ਏ, ਸੱਜਾਦ ਮੇਰੇ ਬਾਬੇ ਦਾ ਸਰ ਮੇਰੇ ਸੀਨੇ ਤੇ ਰੱਖ, ਪਿਓ ਦਾ ਸਰ ਹਾਂ ਨਾ ਲਾ ਕੇ ਆਦੀ ਏ, ਬਾਬਾ ਉਧਾਰ ਲਹਾਵਾਂ, ਬਾਬਾ ਬਾਬਾ ਅੱਗੇ ਤੂੰ ਸਮੈਂਦਾ ਵੇ, ਬਾਬਾ ਅੱਜ ਮੈਂ ਪਿਆ ਦੀਆਂ ਸੰਪੋ ਨੇਜ਼ੇ ਤੇ ਰਹਿ ਰਹਿ ਕੇ ਥੱਕ ਪਿਆ ਉਸ, ਮਜ਼ਲੂਮ ਦੀਆਂ ਅੱਖਾਂ ਖੁੱਲੀਆਂ, ਬੀਬੀ ਆਦੀ ਹੈ, ਬਾਬਾ ਮੇਰਾ ਸਲਾਮ, ਮੇਰਾ ਹੀ ਸਲਾਮ, ਬਾਬਾ ਤੇਰੀਆਂ ਰਗਾਂ ਕੈਂ ਕੱਟੀਆਂ, ਇਹ ਜਿਹੜੀ ਅਜ਼ਾਦਾਰੀ ਹੈ ਨਾ, ਇਹ ਤੇਰੀ ਮੇਰੀ ਮੁਹਤਾਜ ਨਹੀਂ, ਇਹ ਤੁਹਾਡੀ ਤੇ ਮੇਰੀ ਅਗਰ ਮਿਹਨਤ ਹੁੰਦੀ ਕਦੋਂ ਦੀ ਮੁੱਕ ਜਾਂਦੀ, ਇਹ ਮਿਹਨਤ 18 ਭਰਾਵਾਂ ਦੀ ਭੈਣ, ਬਾਬਾ ਤੇਰੀਆਂ ਰਗਾਂ ਕਹਿ ਕੱਟੀਆਂ, ਬਾਬਾ ਤੈਨੂੰ ਖੂਨ ਦੀ ਮਹਿੰਦੀ ਕਹਿ ਲਾਈ, ਬਾਬਾ ਕਹਿ ਪਾਣੀ ਪਿਲਾਇਆ ਹਈ ਆ ਕੋਈ ਨਾ, ਮੇਰੀ ਧੀ ਆਪਣੀ ਸੁਣਾ, ਬਾਬਾ ਕਿਹੜਾ ਕਿਹੜਾ ਦੁੱਖ ਸੁਣਾਵਾਂ, ਬਾਬਾ ਮੇਰੀਆਂ ਗਿਸਨੀਆਂ ਦਰਦ ਕਰਨੀਆਂ, ਬਾਬਾ ਮੇਰਾ ਸਰ ਜ਼ਖਮੀ, ਬਾਬਾ ਮੈਨੂੰ ਘੋੜਿਆਂ ਨਾਲ ਭਜਾਇਆ ਨੇ, ਬੀਬੀ ਆਦਿਨ ਬਾਬਾ ਉਹ ਮੇਰਾ ਕਰੀਮ, ਬਾਬਾ ਬਾਬਾ ਮੈਂ ਜੋ ਤੇਰੀ ਧੀ ਆਈ, ਬਾਬਾ ਬੇਗੈਰਤ ਮੰਗੇ ਹਾ ਮੈਂ ਆਪ ਲਹਾ ਦੇਵਾਂ, ਜਿਸ ਅਜੇ ਮਾਤਮ ਨਹੀਂ ਕੀਤਾ, ਅਕਲ ਮਾਰ ਕੇ ਆਦੀ ਬਾਬਾ ਤੇਰੀ ਕਸਮ ਹੈ, ਕੁੰਡੇ ਬੰਦ ਹੈ ਦੁਰ ਲੈ ਗਏ, ਬਾਬਾ ਮੇਰੇ ਕੰਨਾਂ ਦਾ ਖੂਨ ਨਹੀਂ ਰੁਕਦਾ, ਆ ਜਾਓ ਕੋਈ ਬਾਤ ਨਹੀਂ, ਮੇਰੇ ਸਲਾਮ ਨੇ ਤੁਹਾਨੂੰ ਸਾਰਿਆਂ ਨੂੰ,
ਮੈਂ ਬਨਾਵਟ ਦਾ ਕਾਇਲ ਨਹੀਂ। ਜੇ ਮੇਰੀ ਬੀਵੀ ਨੂੰ ਮਨਜ਼ੂਰ ਹੋਇਆ ਮੁਸੱਲੇ 'ਤੇ ਵੀ ਰੋਸੇ। 2:17 ਮੈਂ ਅੱਜ ਪੜ੍ਹਨੀਆਂ ਨੇ। ਮੇਰੀ ਧੀ ਹੋਰ ਸੁਣਾ, ਬਾਬਾ ਇਹ ਤੇਰਾ ਪੁੱਤਰ ਸਜਾਦ ਬੈਠਾ, ਪੁੱਛ ਲੈ ਸਜਾਦ ਨੂੰ ਮੈਂ ਇਹਦਾ ਖਿਆਲ ਰੱਖਿਆ ਜਾਂ ਕੋਈ ਨਾ। ਬੀਬੀ ਆਦੀ ਹੈ, ਬਾਬਾ ਮੈਂ ਬੁੱਢੜੀ ਹੋ ਗਈ ਹਾਂ। ਬਾਬਾ ਆਪਣੀਆਂ ਬਹਿਣਾਂ ਤੋਂ ਪੁੱਛ, ਬਾਬਾ ਸੱਜਾਦ ਤੋਂ ਪੁੱਛ, ਬਾਬਾ ਤੇਰੀ 13ਵੀਂ ਜ਼ਰਬ ਤੋਂ ਲੈ ਕੇ ਅੱਜ ਤੱਕ ਨਾ ਮੈਂ ਸੁੱਤੀ ਹਾਂ ਨਾ ਮੈਂ ਪਾਣੀ ਪੀਤਾ। ਹੱਥ ਖੋਲੋ ਜਿਹੜੇ ਨੌਜਵਾਨ ਬੈਠੇ ਹੋ, ਹੱਥ ਖੋਲੋ। ਮਸਾ ਮੈਂ ਹੁਣ ਪੜ੍ਹਨ ਲੱਗਾ, ਜ਼ਿਆਦਾ ਜ਼ਿਆਦਾ 5-7 ਮਿੰਟ ਰਾਜ਼ੀ ਰਵੇ ਸੈਯਦ। ਬਾਬਾ ਬਾਬਾ ਥੱਕ ਪਈਆਂ, ਉੱਥੇ ਲੈ ਚੱਲ ਜਿੱਥੇ ਆਪੇ ਅੱਖਾਂ ਬੰਦ ਹੋ ਗਈਆਂ, ਸਾਹ ਰੁਕ ਗਏ, ਨਬਜ਼ਾਂ ਰੁਕ ਗਈਆਂ। ਬੀਬੀ ਫਿਜ਼ਾ ਦਿਨ ਸੱਜਾਦ ਜਲਦੀ ਆ ਭੈਣ ਟੁਰ ਗਈ। ਯਾ ਸੈਯਦਾ, ਜਿਹੜੇ ਵੇਲੇ ਬੀਬੀ ਰਬਾਬ ਨੂੰ ਪਤਾ ਲੱਗਾ ਜੋ ਸ਼ਾਮ ਦੇ ਜ਼ਿੰਦਾਨ ਵਿੱਚ ਮੇਰੀ ਧੀ ਮਰ ਗਈ ਹੈ, ਦੀਵਾਰ ਨਾਲ ਮੱਥਾ ਮਾਰ ਕੇ ਬੀਬੀ ਆ ਦਿਨ ਹਾਏ ਗਰੀਬੀ ਸੱਜਾਦਾ ਦਿਨ ਮਾਂ ਭੈਣ ਬਖਸ਼ੀ ਤੇ ਨਹੀਂ ਹੋਇਆ, ਤੀਰ ਤੇ ਨਹੀਂ ਹੋਇਆ, ਧੀ ਤੇ ਮਈਆ ਤੇ ਇਹ ਭੈਣ ਕਿਉਂ ਕੀਤਾ ਹੈ, ਉੱਚਾ ਭੈਣ ਕੀ ਬਯਸ ਕਰਦੀ ਮਾਂ ਬੀਬੀ ਆਦੀ ਤੇਰੇ ਪਿਓ ਜਿਹਨਾਂ 17 ਵਾਸਤੇ ਮੈਂ ਮਿਹਨਤ ਕਰ ਆਇਆ। ਪਾਕਿਸਤਾਨ ਦੇ ਮਿੰਬਰ ਤੇ ਇਹ 2:17 ਤੇਰੇ ਨੌਕਰ ਪਹਿਲੇ ਪੜੀਆਂ ਨੇ, ਔਖੀ ਦੁਆ ਮੰਗ ਲਵੇ ਬੁਖਾਰੀ ਸਾਹਿਬ, ਬਸ ਚੰਦ ਮਿੰਟ ਮੈਂ ਪੜ੍ਹਨਾ, ਦੁਆ ਫਰਮਾਵੇ। ਇਜਾਜ਼ਤ ਹੈ ਸਹੀ ਹੈ? ਮੈਂ ਅੱਜ ਤੱਕ ਨਹੀਂ ਪੜ੍ਹਿਆ, ਭੈਣ ਦੇ ਗੁਸਲ ਵਾਸਤੇ 4 ਘੰਟੇ ਪਾਣੀ ਮੰਗਦਾ ਰਿਹਾ। ਜਿਹੜੀ 5 ਇਮਾਮਾਂ ਦੇ ਰਿਸ਼ਤੇਦਾਰ ਹੈ, ਇਹਨਾਂ ਦਾ ਕੋਈ ਗੁਸਲ ਨਹੀਂ, ਕੁਰਾਨ ਦਾ ਕੋਈ ਗੁਸਲ। ਤੂੰ ਰੋ ਨਾ ਰੋ, ਮਾਤਮ ਕਰ ਨਾ ਕਰ, ਜਿਨ੍ਹਾਂ ਦੇ ਘਰ ਦੇ ਝਾੜੂ ਦਾ ਨਾਂ ਯੁਤਾ ਹਿਰਕੁਮ। ਗਰੀਬਾਂ ਵਾਲੇ ਕਬਰਸਤਾਨ ਵਿੱਚ ਸੱਜਾਦ ਭੈਣ ਦਫਨਾਈਏ। ਅਗਲੇ ਦਿਨ ਜ਼ਿੰਦਾਨ ਤੋਂ ਬਾਹਰ ਬਾਜ਼ਾਰ ਵਿੱਚ ਸੱਜਾਦ ਇੰਜ ਬੈਠਾ, ਇਨਸ਼ਾਅੱਲਾ ਜਿਹੜਾ ਨੀਤ ਕਿਹਾ ਹੈ ਕਜ਼ਾ ਨਾ ਹੋਵੇ। ਭੈਣ ਦੇ ਅਹਿਸਾਨ ਯਾਦ ਕਰਕੇ ਸੱਜਾਦ ਰੱਥ ਪਿਆ ਰੋਂਦਾ। ਯਾ ਦੂਰ ਤੋਂ ਇੱਕ ਔਰਤ ਭਜਦੀ ਆਈ ਹੈ, ਆਦੀ ਇਹ ਕਹਿਦੀ ਮੇਰਾ ਸਲਾਮ ਹੋਈ। ਸੈਯਦਾ ਤਾਂ ਮੇਰਾ ਹੀ ਸਲਾਮ। ਕਹਿਦੀ ਤੇਰੇ ਚਿਹਰੇ ਤੋਂ ਲੱਗਦਾ ਹੈ ਕਿਸੇ ਸ਼ਰੀਫ ਖਾਨਦਾਨ ਦਾ ਫਰਜ਼ ਹੈ। ਕਹਿਦੀ ਮੈਂ ਸੁਣਿਆ ਅੱਲਾ ਕਹਿਦੀ ਦੀ ਦੁਆ ਬੜੀ ਕਬੂਲ ਕਰਦਾ। ਸੱਜਾਦਾ ਤਾਂ ਕੋਈ ਮੰਗਾ ਬਣੀ ਆਈ, ਆਦੀ ਹਾਂ ਕਹਿਦੀ ਮੇਰੀ 8 ਸਾਲ ਦੀ ਧੀ ਹੈ, ਬੜੀ ਸਖਤ ਬਿਮਾਰ ਹੈ।
ਕਹਿ ਦੀ ਮੇਰੀ ਕੁੱਲ ਕਾਇਨਾਤ ਮੇਰੀ ਇੱਕੋ ਧੀ ਏ ਦੁਆ ਮੰਗ ਅੱਲਾ ਮੇਰੀ ਧੀ ਨੂੰ ਤੰਦਰੁਸਤੀ ਦੇਵੇ ਮੈਂ ਉਹ ਬੰਦਾ ਵੇਖਣਾ ਜਿਹਦੀ ਮਾਂ ਸ਼ੀਆ ਹੋਵੇ ਧਮੀਏ ਦੇ ਮਾਤਮ ਨਾ ਕਰੇ ਅੱਲਾ ਦੀ ਕਸਮ ਹੈ ਹੁਸੈਨ ਦਾ ਪੁੱਤਰ ਦਾ ਜਾ ਬੱਚੀ ਨੂੰ ਲਾਇਆ ਮੈਂ ਦੁਆ ਮੰਗਦਾ ਔਰ ਸਿਲਾ ਕੇ ਅੱਲਾ ਔਰਤ ਭੱਜ ਪਈ ਏ ਬਾਬਾ ਜੀ ਦੇ ਘਰ ਦਾਖਲ ਨਹੀਂ ਹੋਈ ਇਹਦੇ ਜਾਣ ਤੋਂ ਪਹਿਲਾਂ ਇਹਦੀ ਧੀ ਮਰ ਗਈ ਅੱਲਾ ਦੀ ਕਸਮ ਹੈ ਅੰਦਰ ਨਹੀਂ ਗਈ ਉਹ ਨਾ ਪੈਰਾਂ ਦਾ ਦੌੜ ਕੇ ਵਾਪਸ ਸਜਾਦ ਕੋਲ ਆਈ ਏ ਮੈਂ ਜਾਇਆ ਉਹ ਵੀ ਕਹਿ ਦੀ ਰੋ ਰੋ ਕਿਆ ਦਾ ਮੁਸਾਫਰ ਮਾ